ਇਹ ਜਨਾਬ ਮੁੰਜੀ ਦੀ ਪਨੀਰੀ ਤਿਆਰ ਹੋ ਰਹੀ ਹੈ ਅਤੇ ਆਹ ਟੈਕਨੀਕਲ ਬੰਦੇ ਨੇ ਅਤੇ ਸਪੈਸ਼ਲ ਇਹੋ ਕੰਮ ਕਰਨ ਆਏ ਨੇ ਇੱਥੇ ਇਹ ਤੁਸੀਂ ਦੇਖ ਰਹੇ ਹੋ ਇਹ ਬਹੁਤ ਅੱਛਾ ਬੀਜ ਹੈ ਅਤੇ ਇਹ ਸਾਡੇ ਜ਼ਰੈਤੀਆ ਸਾਹਿਬ ਨੇ ਪੁੱਠੇ ਗਾਮਣੇ ਤੇਰੇ ਹੁਣ ਆਪਾਂ ਇੱਥੋਂ ਆਏ ਹਾਂ ਬਸ ਉੱਥੇ ਲੈ ਧਿਆਨ ਇਹੋ ਜ਼ਰੈਤੀਆ ਸਾਹਿਬ ਨੇ ਇਹਨਾਂ ਨੇ ਤੰਬਾਕੂ ਬੀਜਿਆ ਅਤੇ ਅੱਗੇ ਕੁਛ ਸਬਜ਼ੀਆਂ ਨੇ ਖਾਣ ਵਾਲੀਆਂ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾ ਰਹੇ ਹਾਂ ਅਸੀਂ ਇਹ ਸਬਜ਼ੀਆਂ ਨੇ ਚੰਦ ਭਿੰਡੀ ਬਤਾਊਂ ਸਬਜ਼ ਮਿਰਚ ਤਰਾਂ ਇਸ ਭਿੰਡੀ ਦੀ ਉਮਰ ਤਕਰੀਬਨ 2 ਤੋਂ 3 ਦਿਨ ਹੈ ਇਹ ਜਨਾਬ ਸਬਜ਼ ਧਨੀਆ ਇਹ ਬਤਾਊਂ ਨੇ ਬਤਾਊਂ ਦੇ ਪੌਦੇ ਨੇ ਤੁਹਾਨੂੰ ਬਤਾਊਂ ਵੀ ਦਿਖਾ ਰਹੇ ਹਾਂ ਅਸੀਂ ਜਨਾਬ ਸਬਜ਼ ਮਿਰਚਾਂ ਨੇ ਇਹਨਾਂ ਨੂੰ 1 ਹਫ਼ਤਾ ਹੋ ਗਿਆ ਅਤੇ ਇਨਸ਼ਾਅੱਲਾ ਤਾਲਾ 10 ਤੋਂ 15 ਦਿਨ ਦੇ ਵਿੱਚ ਤਿਆਰ ਹੋ ਜਾਣਗੀਆਂ ਇਹ ਜਨਾਬ ਤਰਾਂ ਨੇ ਜਿਹਨਾਂ ਨੂੰ ਪੰਜਾਬੀ 'ਚ ਅਸੀਂ ਤਰ੍ਹਾਂ ਹੀ ਕਹਿੰਦੇ ਹਾਂ ਅਤੇ ਉਹਨਾਂ ਦੀ ਵੱਲਾਂ ਨੇ ਅਤੇ ਮਾਸ਼ਾਅੱਲਾ ਬਹੁਤ ਖੂਬਸੂਰਤ ਨੇ ਸਾਡੇ ਜ਼ਰੈਤੀਆ ਸਾਹਿਬ ਦੀ ਮਿਹਰਬਾਨੀ ਨਾਲ ਤਿਆਰ ਹੋਈਆਂ ਨੇ ਉਹਨਾਂ ਦੇ ਮਸ਼ਵਰੇ ਨੇ ਅਤੇ ਅਗਰ ਕਿਸੇ ਭਰਾ ਨੇ ਵੱਲਾਂ ਹੋਰ ਜਗ੍ਹਾ 'ਤੇ ਬੀਜਣੀਆਂ ਹੋਣ ਸਾਡੇ ਜ਼ਰੈਤੀਆ ਸਾਹਿਬ ਨਾਲ ਕੰਟੈਕਟ ਕਰ ਲੈਣ।